ਕਲਾਸ 8ਂ ਜਾਤੀ ਪ੍ਰਥਾ ਨੂੰ ਚੁਣੌਤੀ ਪਾਠ 18 ਵੰਨ ਜਾਤੀ ਪ੍ਰਥਾ ਨੂੰ ਚੁਣੌਤੀ ਰਿਗਵੇਦ ਦੇ ਕਾਲ ਸਮੇ ਸਮਾਜ ਵਿੱਚ ਜਾਤੀ ਪ੍ਰਥਾ ਪਰਚਲਿਤ ਨਹੀਂ ਸੀ ਸਮਾਜ ਵੱਖ-ਵੱਖ ਧੰਧਿਆ ਦੇ ਆਧਾਰ ਤੇ ਚਾਰ ਵਰਗਾ ਵਿੱਚ ਵੰਡਿਆ ਹੋਇਆ ਸੀ ਇਨ੍ਹਾਂ ਚਾਰ ਵਰਗਾਂ ਦੇ ਨਾਂ ਸਨ ਬ੍ਰਾਹਮਣ ਕੁਸ਼ਤਰੀ ਵੈਸ਼ ਅਤੇ ਸੁੱਦਰ ਪ੍ਰੰਤੂ ਰਾਜਪੁੱਤ ਕਾਲ ਸਮੇ ਸਮਾਜ ਵਿੱਚ ਜਾਤੀ ਪ੍ਰਥਾ ਬਹੁਤ ਘਟੌਰ ਹੋ ਗਈ ਸੀ ਉਸ ਸਮੇਂ ਸਮਾਜਨਾ ਕੇਵਲ ਚਾਰ ਮੁੱਖ ਵਰਗ ਆ ਬ੍ਰਾਹਮਣ, ਖੱਤਰੀ, ਵੈਸ਼, ਵੈਸ਼ ਅਤੇ ਸੂਦਰ ਸਗੋ ਕਈ ਹੋਰ ਜਾਤਾਂ ਅਤੇ ਉਪਜਾਤਾਂ ਵਿੱਚ ਵੰਡਿਆ ਹੋਇਆ ਸੀ। 19ਵੀਂ ਸਦੀ ਵਿੱਚ ਈਸਾਈ ਧਰਮ ਦੇ ਪ੍ਰਚਾਰਕਾਂ ਨੇ ਆਦਵਾਸੀਆਂ ਅਤੇ ਨੀਵੀਂ ਜਾਤੀ ਦੇ ਲੋਕਾਂ ਦੇ ਬੱਚਿਆਂ ਲਈ ਸਕੂਲ ਸਥਾਪਿਤ ਕੀਤੇ ਜਿਸ ਨਾਲ ਉਹਨਾਂ ਨੂੰ ਬਦਲਦੀ ਦੁਨੀਆ ਵਿੱਚ ਆਪਣਾ ਰਸਤਾ ਲੱਭਣ ਦੇ ਨਵੇਂ ਸਾਧਨ ਪ੍ਰਾਪਤ ਹੋਣ ਲੱਗੇ ਸਮਾਜ ਵਿੱਚ ਬ੍ਰਾਹਮਣਾਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਸੀ ਜਦੋਂ ਕਿ ਸੂਦਰਾ ਨਾਲ ਬੁਰਾ ਸਲੂਕ ਕੀਤਾ ਜਾਂਦਾ ਸੀ ਉਹ ਉੱਚੀ ਜਾਤੀ ਦੇ ਲੋਕਾਂ ਨਾਲ ਮੇਲ-ਜੋਲ ਨਹੀਂ ਕਰ ਸਕਦੇ ਸਨ ਉਨ੍ਹਾਂ ਨੂੰ ਆਮ ਲੋਕਾਂ ਦੁਆਰਾ ਵਰਤੇ ਜਾਂਦੇ ਖੂਹਾਂ ਅਤੇ ਤਲਾਬਾਂ ਵਿੱਚੋਂ ਪਾਣੀ ਨਹੀਂ ਪਰਣ ਦਿੱਤਾ ਜਾਂਦਾ ਸੀ। ਉਨ੍ਹਾਂ ਨੂੰ ਮੰਦਰਾਂ ਵਿੱਚ ਜਾਣ ਅਤੇ ਵੈਦ ਪੜਨ ਤੋਂ ਮਨਾ ਕੀਤਾ ਜਾਂਦਾ ਸੀ। ਜੇਕਰ ਕਦੀ ਨੀਵੀਂ ਜਾਤੀ ਦੇ ਕਿਸੇ ਮਨੁੱਖ ਦਾ ਪਰਛਾਵਾਂ ਵੀ ਕਿਸੇ ਉੱਚ ਜਾਤੀ ਦੇ ਮਨੁੱਖ ਤੇ ਪੈ ਜਾਂਦਾ ਸੀ ਤਾਂ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਸੀ। ਇਸ ਲਈ ਨੀਵੀਆਂ ਜਾਤੀਆਂ ਦੇ ਲੋਕਾਂ ਨੂੰ ਅਸ਼ੂਤ ਸਮਝਿਆ ਜਾਂਦਾ ਸੀ। ਉਨਾਂ ਲੋਕਾਂ ਨੂੰ ਝਾੜੂ ਲਗਾ ਕੇ ਸਫਾਈ ਕਰਨ ਜੁੱਤੀਆਂ ਬਣਾਉਣ ਮਰੇ ਹੋਏ ਪਸ਼ੂਆਂ ਨੂੰ ਚੁੱਕਣ ਅਤੇ ਉਹਨਾਂ ਦੀ ਖਾਲ ਉਤਾਰਨ ਚੰਬੜਾ ਬਣਾਉਣ ਆਦ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ ਅਜਿਹੇ ਉੱਚੀਆਂ ਜਾਤੀਆਂ ਦੇ ਲੋਕਾਂ ਦੁਆਰਾ ਨੀਵੀਆਂ ਆਦ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ ਅਜਿਹੇ ਉੱਚੀਆਂ ਜਾਤੀਆਂ ਦੇ ਲੋਕਾਂ ਦੁਆਰਾ ਨੀਵੀਆਂ ਜਾਤੀਆਂ ਦੇ ਲੋਕਾਂ ਉੱਤੇ ਕੀਤੇ ਜਾ ਰਹੇ ਅਤਿਆਚਾਰਾਂ ਨੂੰ ਖਤਮ ਕਰਨ ਦੀ ਨੇਕਾ ਜਾਤੀ ਸੁਧਾਰ ਅੰਦੋਲਨ ਸ਼ੁਰੂ ਹੋਏ ਉਹਨਾਂ ਵਿੱਚ ਪ੍ਰਮੁੱਖ ਅੰਦੋਲਨਾਂ ਦੀ ਅਗਵਾਈ ਜੋਤੀਬਾ ਫੁੱਲੇ ਵੀਰ ਸਲਿੰਗਮ ਸ਼੍ਰੀਨਾਰਾਇਣ ਗੁਰੂ ਪਰੀ ਆ ਰਾਮ ਆ ਸੁਵਾਮੀ ਡਾਕਟਰ ਭੀਮrao ਅੰਬੇਦਕਰ ਅਤੇ ਮਹਾਤਮਾ ਗਾਂਧੀ ਆਦਮਹਾਨ ਆਗੂਆਂ ਦੁਆਰਾ ਕੀਤੀ ਗਈ ਜੋਤੀਬਾ ਫੂਲੇ ਜੋਤੀਬਾ ਫੂਲੇ ਮਹਾਰਾਸ਼ਟਰ ਦੇ ਇੱਕ ਮਹਾਨ ਸਮਾਜ ਸੁਧਾਰਕ ਸਨ ਉਹਨਾਂ ਨੇ ਨੀਵੀਆਂ ਜਾਤੀਆਂ ਦੇ ਲੋਕਾਂ ਦਾ ਸੁਧਾਰ ਕਰਨ ਲਈ ਆ ਲਈ ਸਭ ਤੋਂ ਪਹਿਲਾ ਨੀਵੀਂ ਜਾਤੀ ਦੀਆਂ ਲੜਕੀਆਂ ਦੀ ਪੜ੍ਹਾਈ ਲਈ ਪੁਣੇ ਵਿੱਚ ਤਿੰਨ ਸਕੂਲ ਖੋਲੇ ਇਨ੍ਹਾਂ ਸਕੂਲਾਂ ਵਿੱਚ ਜੋਤੀਬਾ ਫੂਲੇ ਅਤੇ ਉਸ ਦੀ ਪਤਨੀ ਸวิตਰੀਬਾਈ ਆਪੜੋਂਦੇ ਸਨ ਉਹਨਾਂ ਨੇ ਆਪਣੇ ਪਾਸ਼ਨਾ ਅਤੇ ਪ੍ਰਕਾਸ਼ਿਤ ਕੀਤੀਆਂ ਦੋ ਪੁਸਤਕਾਂ ਦੁਆਰਾ ਬ੍ਰਾਹਮਣਾ ਅਤੇ ਪ੍ਰੋਹਤਾਵਾਂ ਵੱਲੋਂ ਕਈ ਤਰ੍ਹਾਂ ਦੀਆਂ ਰੀਤੀ ਰਿਵਾਜਾਂ ਦੁਆਰਾ ਨੀਵੀਆਂ ਜਾਤੀਆਂ ਦੇ ਲੋਕ ਤੇ ਹੋ ਰਹੇ ਆਰਥਿਕ ਸ਼ੋਸ਼ਣ ਦੀ ਨਿੰਦਾ ਕੀਤੀ ਉਹਨਾਂ ਨੇ ਨੀਵੀਂ ਜਾਤੀ ਦੇ ਲੋਕਾਂ ਨੂੰ ਬ੍ਰਾਹਮਣਾ ਅਤੇ ਪ੍ਰੋਹਤਾ ਤੋਂ ਬਿਨਾ ਵਿਆਹ ਦੀ ਰਸਮ ਕਰਨ ਦੀ ਸਲਾਹ ਦਿੱਤੀ ਜੋਤੀਬਾ ਫੁੱਲੇ ਨੇ 24 ਸਤੰਬਰ 1873 ਨੂੰ ਸਤਿਆ ਸੋਦਕ ਸਮਾਜ ਨਾ ਦੀ ਸੰਸਥਾ ਸਥਾਪਿਤ ਕੀਤੀ ਇਸ ਸੰਸਥਾ ਨੇ ਨੀਮਯਾ ਜਾਤੀਆਂ ਦੇ ਲੋਕਾਂ ਦੀ ਸਮਾਜਿਕ ਗੁਲਾਮੀ ਦੀ ਨਿੰਦਾ ਕੀਤੀ ਉਨ੍ਹਾਂ ਨੇ ਨੀਮੀ ਜਾਤੀ ਦੇ ਗਰੀਬ ਕਿਸਾਨਾਂ ਅਤੇ ਕੁਸ਼ਤਕਾਰਾਂ ਦੀ ਹਾਲਤ ਸੁਧਾਰਨ ਦੇ ਲਈ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਤੋਂ ਜਾਇਜ਼ ਭੂਮੀ ਕਰ ਲਿਆ ਜਾਵੇ ਜੋਤੀਬਾ ਫੁੱਲੇ ਦੁਆਰਾ ਨੀਮੀ ਜਾਤੀਆਂ ਦੇ ਲੋਕਾਂ ਦੀ ਹਾਲਤ ਸੁਧਾਰਨ ਸੰਬੰਧੀ ਕੀਤੇ ਗਏ ਨੇਕਾ ਅਰਜ਼ਾ ਲਈ ਉਨ੍ਹਾਂ ਨੂੰ ਮਹਾਤਮਾ ਦੀ ਉਪਾਧੀ ਨਾਲ ਸਮਾਨਿਤ ਕੀਤਾ ਗਿਆ ਵੀਰ ਸਲਿੰਗਮ ਕੰਦੂ ਕ੍ਰੀ ਵਿਰਸਲੰਗ ਸਲੰਗਮ ਇੱਕ ਹੋਰ ਸਮਾਜ ਸੁਧਾਰਕ ਅਤੇ ਇੱਕ ਮਹਾਨ ਵਿਦਵਾਨ ਵੀ ਸਨ ਉਹਨਾਂ ਨੇ ਪ੍ਰਾਇਮਰੀ ਸਕੂਲ ਵਿੱਚ ਉਹਨਾਂ ਨੇ ਪ੍ਰਾਇਮਰੀ ਸਕੂਲ ਵਿੱਚ ਪੜਾਉਂਦੇ ਸਮੇਂ ਸਮਾਜ ਵਿੱਚ ਪਰਚਲਿਤ ਖੋਖਲੇ ਰੀਤੀ ਰਿਵਾਜਾਂ ਅਤੇ ਧਾਰਮਿਕ ਵਿਸ਼ਵਾਸਾਂ ਦੀ ਨਿੰਦਾ ਕੀਤੀ ਜਦੋਂ ਇੱਕ ਸਕੂਲ ਵਿੱਚ ਅਧਿਆਪਕ ਸਨ ਤਾਂ ਉਹਨਾਂ ਨੇ ਔਰਤਾਂ ਨੂੰ ਪੁਰਸ਼ਾਂ ਬਰਾਬਰ ਅਧਿਕਾਰ ਦੇਣ ਸੰਬੰਧੀ ਸੰਘਰਸ਼ ਸ਼ੁਰੂ ਕੀਤਾ ਉਹ ਅੰਤਰਜਾਤੀ ਦੇ ਵਿਆਹ ਦੇ ਪੱਖ ਵਿੱਚ ਸਨ ਉਹਨਾਂ ਨੇ ਜਾਤੀ ਪ੍ਰਥਾ ਦੀ ਨਿੰਦਾ ਕੀਤੀ ਉਹਨਾਂ ਨੇ ਸ਼ੂਤਸ਼ਾਤ ਖਤਮ ਕਰਨ ਲਈ ਪ੍ਰਚਾਰ ਕੀਤਾ ਵੀਰਸ ਲਿੰਗਮ ਨੇ ਆਪਨੇ ਲੇਖ ਅਤੇ ਨਾਟਕਾਂ ਰਾਹੀਂ ਜਾਤੀ ਪ੍ਰਥਾ ਖਤਮ ਕਰਨ ਲਈ ਪ੍ਰਚਾਰ ਕੀਤਾ ਉਹ ਨੀਵੀਂ ਜਾਤੀ ਅਤੇ ਗਰੀਬ ਲੋਕਾਂ ਦੀ ਹਮੇਸ਼ਾ ਸਹਾਇਤਾ ਕਰਦੇ ਸਨ ਉਹਨਾਂ ਨੇ ਵਿਆਹ ਪ੍ਰਥਾ ਵਿਰੁੱਧ ਸੰਘਰਸ਼ ਕੀਤਾ ਉਹਨਾਂ ਵਿਧਵਾ ਪੁਨਰ ਵਿਆਹ ਨੂੰ ਕਾਨੂੰਨੀ ਤੌਰ ਤੇ ਮਾਨਤਾ ਦੇਉਣ ਲਈ ਅਨੇਕ ਤਨੇਕਾ ਯਤਨ ਕੀਤੇ ਵੀਰਸਲੰਗਮ ਨੇ ਸਾਰੀ ਉਮਰ ਸਮਾਜ ਸੇਵਾ ਸਮਾਜ ਸੁਧਾਰ ਅਤੇ ਨੀਵੇਂ ਜਾਤੀਆਂ ਦੇ ਲੋਕਾਂ ਦੀ ਹਾਲਤ ਸੁਧਾਰਨ ਸੰਬੰਧੀ ਮਹਾਨ ਯੋਗਦਾਨ ਪਾਇਆ ਇਸ ਕਰਕੇ ਉਹਨਾਂ ਨੂੰ ਵਰਤਮਾਨ ਆਂਧਰਾ ਪ੍ਰਦੇਸ਼ ਰਾਜ ਦੇ ਸਮਾਜ ਦੇ ਪੈਗੰਬਰ ਕਿਹਾ ਜਾਂਦਾ ਸੀ ਸ਼੍ਰੀਨਾਰਾਇਣ ਗੁਰੂ ਸ਼੍ਰੀਨਾਰਾਇਣ ਗੁਰੂ ਉਕੇਰਲਾ ਰਾਜ ਦੇ ਮਹਾਨ ਸਮਾਜ ਸੁਧਾਰਕ ਸਨ 1856 ਵਿੱਚ ਉਹਨਾਂ ਦਾ ਜਨਮ ਇਸ ਇਸੇਵਸ ਜਾਤੀ ਵਿੱਚ ਕੇਰਲਾ ਵਿਖੇ ਹੋਇਆ ਸੀ ਉੱਚੀਆਂ ਜਾਤੀਆਂ ਦੇ ਲੋਕ ਇਸ ਜਾਤੀ ਦੇ ਲੋਕਾਂ ਨੂੰ ਅਸ਼ੁੱਧ ਸਮਝਦੇ ਸਨ ਇਸ ਲਈ ਸ਼੍ਰੀ ਨਾਰਾਇਣ ਗੁਰੂ ਜੀ ਨੇ ਇਸ ਜਹਵਸ ਜਾਤੀ ਅਤੇ ਹੋਰ ਨੀਵੀਆਂ ਜਾਤੀਆਂ ਦੇ ਲੋਕਾਂ ਦੀ ਹਾਲਤ ਸੁਧਾਰਨ ਲਈ 1930 ਵਿੱਚ ਸ਼੍ਰੀ ਨਾਰਾਇਣ ਧਾਰਮਿਕ ਪਰਿਪਾਲਨ ਜੋਗਮ ਦੀ ਸਥਾਪਨਾ ਕੀਤੀ। ਉਹਨਾਂ ਨੇ ਜਾਤੀ ਅਤੇ ਧਰਮ ਦੇ ਆਧਾਰ ਤੇ ਕੀਤੇ ਜਾਂਦੇ ਪੇਤ ਪਾਪ ਦਾ ਵਿਰੋਧ ਕੀਤਾ। ਪਰਿਆਰਾਮਾ ਸਵਾਮੀ ਪਰ ਯਾਰ ਰਾਮਾ ਸੁਆਮੀ ਤਾਮਿਲਨਾਡੂ ਦੇ ਮਹਾਨ ਸਮਾਜ ਸੁਧਾਰਕ ਸਨ ਉਹਨਾਂ ਦਾ ਜਨਮ 17 ਸਤੰਬਰ 1879 ਈਸਵੀ ਨੂੰ ਮਦਰਾਸ ਤਾਮਿਲਨਾਡੂ ਵਿੱਚ ਹੋਇਆ ਸੀ ਪਰ ਯਾਰ ਰਾਮਾ ਸੁਆਮੀ ਮਦਵਰਗੀ ਪਰਿਵਾਰ ਵਿੱਚੋਂ ਸਨ ਉਹ ਪਹਿਲਾਂ ਉਹ ਸੰਨਿਆਸੀ ਸਨ ਬਾਅਦ ਵਿੱਚ ਕਾਂਗਰਸ ਦੇ ਮੈਂਬਰ ਬਣ ਗਏ ਪਰ ਜਦੋਂ ਉਹਨਾਂ ਨੇ ਰਾਸ਼ਟਰਵਾਦ ਦੀਆਂ ਦੁਆਰਾ ਅਜੋਜਿਤ ਤਾਵਤ ਵਿੱਚ ਵੇਖਿਆ ਕਿ ਉੱਥੇ ਬੈਠਣ ਲਈ ਜਾਤੀਆਂ ਦੇ ਹਿਸਾਬ ਨਾਲ ਨੀਵੇਂ ਅਤੇ ਉੱਚੀਆਂ ਜਾਤੀਆਂ ਠੀਕ ਹੈ ਅਲੱਗ-ਅਲੱਗ ਪ੍ਰਬੰਧ ਕੀਤੇ ਹੋਏ ਸਨ ਤਾਂ ਦੁਖੀ ਹੋ ਕੇ ਉਹਨਾਂ ਨੇ 파ਰਟੀ ਛੱਡ ਦਿੱਤੀ ਹੁਣ ਪਰਿਆਰ ਨੂੰ ਸਮਝ ਆ ਗਈ ਕਿ ਅਸ਼ੂਤਤਾ ਨੂੰ ਆਪਣੇ ਹੱਕਾਂ ਲਈ ਖੁਦ ਲੜਨਾ ਹੋਵੇਗਾ ਉਹਨਾਂ ਨੇ ਮਹਿਸੂਸ ਕੀਤਾ ਕਿ ਸਮਾਜ ਵਿੱਚ ਨੀਵੀਂ ਜਾਤੀ ਦੇ ਲੋਕਾਂ ਨੂੰ ਅਸ਼ੂਤ ਸਮਝਿਆ ਜਾਂਦਾ ਹੈ ਇਸ ਤੋਂ ਇਲਾਵਾ ਇਹਨਾਂ ਲੋਕਾਂ ਨੂੰ ਸਮਾਜਿਕ ਰੀਤੀ ਰਿਵਾਜਾਂ ਵਿੱਚ ਭਾਗ ਲੈਣ ਦੂਜੀਆਂ ਜਾਤੀਆਂ ਦੇ ਲੋਕਾਂ ਨਾਲ ਮੇਲ-ਜੋਲ ਕਰਨ ਅਤੇ ਸਿੱਖਿਆ ਪ੍ਰਾਪਤ ਕਰਨ ਤੋਂ ਮਨਾ ਕੀਤਾ ਜਾਂਦਾ ਸੀ ਇਸ ਲਈ ਉਹਨਾਂ ਨੇ ਨੀਵੀਂ ਜਾਤੀ ਦੇ ਲੋਕਾਂ ਦੀ ਭਲਾਈ ਕਰਨ ਲਈ ਦਰਾਵਿੜ ਕਾਜਗਾਮਨਾਦੀ ਸੰਸਥਾ ਸਥਾਪਿਤ ਕੀਤੀ ਇਸ ਸੰਸਥਾ ਨੇ ਨੀਵੀਂ ਜਾਤੀ ਦੇ ਲੋਕਾਂ ਨੂੰ ਸਰਕਾਰੀ ਨੌਕਰੀਆਂ ਵਿੱਚ ਰੱਖ ਕਾਰਨ ਦੀਵਾਨ ਲਈ ਭਾਰਤੀ ਸੰਵਿਧਾਨ ਵਿੱਚ ਪਹਿਲੀ ਸੋਧ ਕਰਵਾਈ ਉਹਨਾਂ ਨੇ ਅਸ਼ੂਤ ਪ੍ਰਥਾ ਨੂੰ ਖਤਮ ਕਰਨ ਲਈ ਵੈਕਸੋ ਸत्याग्रह ਸ਼ੁਰੂ ਕੀਤਾ ਇਸ ਅੰਦੋਲਨ ਵਿੱਚ ਮਹਾਤਮਾ ਗਾਂਧੀ ਮਹਾਤਮਾ ਗਾਂਧੀ ਰਾਜਾ ਗੋਪਾਲ ਆਚਾਰੀਆ ਆਚਾਰੀਆ ਵਿਨੋਬਾ ਭਾਵੇ ਆਦਿ ਰਾਸ਼ਟਰੀ ਨੇਤਾਵਾਂ ਨੇ ਵੀ ਹਿੱਸਾ ਲਿਆ ਡਾਕਟਰ ਪੀਮਰਾਓ ਬੇਦ ਅਬੇਂਦਕਰ ਡਾਕਟਰ ਪੀਮਰਾਓਂ ਅਬੇਂਦਕਰ ਇੱਕ ਮਹਾਨ ਪਰਿਵਾਰ ਵਿੱਚ ਪੈਦਾ ਹੋਏ ਬਚਪਨ ਵਿੱਚ ਹੀ ਉਹਨਾਂ ਨੇ ਜਾਤੀ ਭੇਦ ਭਾਵ ਬਾਰੇ ਪਤਾ ਲੱਗ ਚੁੱਕਿਆ ਸੀ ਸਕੂਲ ਵਿੱਚ ਉਹਨਾਂ ਨੂੰ ਜ਼ਮੀਨ ਤੇ ਬੈਠਣਾ ਪੈਂਦਾ ਸੀ ਉਹਨਾਂ ਨੂੰ ਉੱਚ ਜਾਤੀ ਬੱਚਿਆਂ ਦੇ ਲਈ ਵਰਤੇ ਜਾਣ ਵਾਲੇ ਨਲਕੇ ਤੋਂ ਪਾਣੀ ਪੀਣ ਦੀ ਇਜਾਜ਼ਤ ਨਹੀਂ ਸੀ ਸਕੂਲ ਦੀ ਪੜਾਈ ਪੂਰੀ ਕਰਨ ਤੋਂ ਪਿੱਛੋਂ ਉਹ ਉੱਚ ਵਿੱਦਿਆ ਲਈ ਅਮਰੀਕਾ ਚਲੇਗੇ ਫਿਰ ਉਹ 1990 ਇਸ ਵਿੱਚ ਭਾਰਤ ਵਾਪਸ ਆਇਆ 1927 ਇਸ ਵਿੱਚ ਡਾਕਟਰ ਪੀਮਰਾਓ ਅੰਬੇਦਕਰ ਨੂੰ ਮੰਦਰ ਪ੍ਰਵੇਸ਼ ਅੰਦੋਲਨ ਸ਼ੁਰੂ ਕੀਤਾ ਇਸ ਵਿੱਚ ਮਹਾਰਜਾਤੀ ਦੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਬ੍ਰਾਹਮਣ ਪੁਜਾਰੀ ਇਸ ਗੱਲ ਤੋਂ ਅਗ ਬੁਲਾ ਹੋ ਗਏ ਕਿ ਦਲਿਤ ਵੀ ਮੰਦਰ ਚ ਪੀਣ ਵਾਲਾ ਪਾਣੀ ਇਸਤੇਮਾਲ ਕਰ ਰਹੇ ਹਨ ਨਾਈਨਟੀਨ ਟਵੰਟੀ ਸੈਵਨ ਤੋਂ ਨਾਈਨਟੀਨ ਥਰਟੀ ਫਾਈਵ ਈਸਵੀ ਦੇ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਨੇ ਮੰਦਰਾਂ ਵਿੱਚ ਪ੍ਰਵੇਸ਼ ਕਰਨ ਲਈ ਤਿੰਨ ਅੰਦੋਲਨ ਚਲਾਏ ਡਾਕਟਰ ਭੀਮ ਰਾਓ ਅੰਬੇਦਕਰ ਨੇ ਸਮਾਜ ਅਤੇ ਸਰਕਾਰ ਤੋਂ ਨੀਵੀਂ ਜਾਤੀ ਦੇ ਲੋਕਾਂ ਨੂੰ ਜਾਇਜ਼ ਸਮਾਜਿਕ ਅਧਿਕਾਰ ਦਿਵਾਉਣ ਲਈ ਸੱਤਿਆਗ੍ਰਹਿ ਅਤੇ ਮੁਜ਼ਾਹਰੇ ਕੀਤੇ ਨਾਈਨਟੀਨ ਏਟੀਨ ਈਸਵੀ ਵਿੱਚ ਉਹਨਾਂ ਨੇ ਸਾਊਥੋਬਰੋ ਰਿਫਰਾਇਮੈਂਸ ਕਮੇਟੀ ਤੋਂ ਮੰਗ ਕਿ ਕਿ ਇਨਾ ਲੋਕਾਂ ਦੀ ਜਨਸਖਿਆ ਦੇ ਅਨੁਪਾਤ ਦੇ ਆਧਾਰ ਤੇ ਭਾਰਤ ਦੇ ਸਾਰੇ ਪ੍ਰਾਂਤਾਂ ਦੀਆਂ ਲੈਜਿਸਲੇਟਿਵ ਕੌਂਸਲਾਂ ਅਤੇ ਕੇਂਦਰੀ ਲੈਜਿਸਲੇਟਿਵ ਕੌਂਸਲਾਂ ਵਿੱਚ ਸੇਟ ਆ ਰੱਖ ਰੱਖਮੀਆਂ ਰੱਖੀਆਂ ਜਾਨ ਅਤੇ ਉਹਨਾਂ ਲਈ ਅਲੱਗ ਚੋਣ ਖੇਤਰ ਨਿਸ਼ਚਿਤ ਕੀਤੇ ਜਾਣ ਪਰੰਤੂ ਕਮੇਟੀ ਨੇ ਅਜੇਹਾ ਨਹੀਂ ਕੀਤਾ 1931 ਈਸਵੀ ਵਿੱਚ ਡਾਕਟਰ ਪੀਮਰਾਵ ਮੇਦਕਰ ਨੇ ਦੂਜੀ ਗੌਰਮੇਜ਼ ਕਾਨਫਰੰਸ ਵਿੱਚ ਨਿਵੇਂਆਂ ਜਾਤੀਆਂ ਦੇ ਲੋਕਾਂ ਨੂੰ ਰਾਜਨੀਤਿਕ ਅਧਿਕਾਰ ਦੇਣ ਦੀ ਸफारਿਸ਼ ਕੀਤੀ ਜਿਸ ਨੂੰ 16 ਅਗਸਤ 1932 ਈਸਵੀ ਨੂੰ ਬ੍ਰਿਟਿਸ਼ ਪ੍ਰਧਾਨ ਮੰਤਰੀ ਦੁਆਰਾ ਜਾਰੀ ਕੀਤੇ ਗਏ ਕਮਿਊਨਿਅਨ ਅਵਾਰਡ ਵਿੱਚ ਕਾਫੀ ਹੱਦ ਤੱਕ ਪ੍ਰਵਾਨ ਕਰ ਲਿਆ ਗਿਆ ਡਾਕਟਰ ਪੀਮਰਾ ਅੰਬੇਦਕਰ ਨੇ ਨੀਵੀਆਂ ਜਾਤੀਆਂ ਦੇ ਲੋਕਾਂ ਦੁਆਰਾ ਜਾਇਜ਼ ਸਮਾਜਿਕ ਅਤੇ ਰਾਜਨੀਤਿਕ ਅਧਿਕਾਰ ਪ੍ਰਾਪਤ ਕਰਨ ਲਈ ਨਾਗਪੁਰ ਕੋਹਲਾਪੁਰ ਆਦਿ ਸਥਾਨਾਂ ਤੇ ਕੀਤੀਆਂ ਗਈਆਂ ਕਾਨਫਰੰਸਾਂ ਵਿੱਚ ਹਿੱਸਾ ਲਿਆ ਉਹਨਾਂ ਨੇ ਇਨ੍ਹਾਂ ਜਾਤੀਆਂ ਦੇ ਲੋਕਾਂ ਦੀ ਹਾਲਤ ਸੁਧਾਰਨ ਸੰਬੰਧੀ ਪ੍ਰਚਾਰ ਕਰਨ ਲਈ ਵਹਿਸਕ੍ਰਿਤ ਹਿਤ ਹਿਤਕਾਰਨੀ ਸਭਾ ਅਤੇ ਸਵਾਸ ਸਮਤ ਸੰਗ ਦੀ ਸਥਾਪਨਾ ਕੀਤੀ ਅਤੇ ਮੁਕਨਾਇਕ ਸਕ੍ਰਿਤ ਭਾਰਤ ਜਨਤਾ ਆਦ ਸਮਾਚਾਰ ਪੱਤਰ ਪ੍ਰਕਾਸ਼ਿਤ ਕਰਨੇ ਆਰੰਭ ਕੀਤੇ ਉਹਨਾਂ ਨੇ ਨੀਵੀਆਂ ਜਾਤੀਆਂ ਦੇ ਲੋਕਾਂ ਨੂੰ ਪਬਲਿਕ ਖੂਹਾਂ ਤੋਂ ਪਾਣੀ ਪਰਣ ਅਤੇ ਮੰਦਿਰਾਂ ਵਿੱਚ ਜਾਣ ਦਾ ਅਧਿਕਾਰ ਦੀ ਮੰਗ ਲਈ ਇੱਕ ਸत्याग्रह ਸ਼ੁਰੂ ਕੀਤਾ ਉਹਨਾਂ ਨੇ ਅਕਤੂਬਰ 1936 ਈਸਵੀ ਵਿੱਚ ਇੰਡੀਪੈਂਡੈਂਟ ਲੇਬਰ ਪਾਰਟੀ ਆਫ ਇੰਡੀਆ ਦੀ ਸਥਾਪਨਾ ਕੀਤੀ ਜਿਸ ਨੇ 1937 ਇਸਵੀ ਵਿੱਚ ਪ੍ਰੈਜ਼ੀਡੈਂਸੀ ਦੇ ਲੈਜਿਸਲੇਟਿਵ ਅਸੈਂਬਲੀ ਦੀਆਂ ਹੋਈਆਂ ਚੋਣਾਂ ਵਿੱਚ ਨੀਵੀਆਂ ਜਾਤੀਆਂ ਲਈ ਰਾਖਵੀਆਂ ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਉਹਨਾਂ ਨੇ ਲੇਬਰ ਪਾਰਟੀ ਅਤੇ ਸਟੂਲਡ ਕਾਸਟਲ ਫੈਡਰੈਂਸਨ ਰਾਜਨੀਤਿਕ ਦਲਾਂ ਦਾ ਸੰਗਠਨ ਕੀਤਾ ਉਹਨਾਂ ਨੇ ਜ਼ੋਰ ਦੇਨ ਤੇ ਭਾਰਤ ਦੇ ਸੰਵਿਧਾਨ ਵਿੱਚ ਅਨੁਸਚਿਤ ਜਾਤੀਆਂ ਅਤੇ ਕਬੀਲਿਆਂ ਦੇ ਲੋਕਾਂ ਨੂੰ ਵਿਸ਼ੇਸ਼ ਸਹੂਲਤਾਂ ਦੇਣ ਦਾ ਪ੍ਰਬੰਧ ਕੀਤਾ ਗਿਆ ਉਹਨਾਂ ਦੇ ਯਤਨਾਂ ਸਦਕਾ ਸਰਕਾਰ ਨੇ ਉਸ ਸ਼ਾਤ ਪ੍ਰਥਾ ਨੂੰ ਗੈਰ ਕਾਨੂੰਨੀ ਘੋਸ਼ਿਤ ਕਰ ਦਿੱਤਾ ਮਹਾਤਮਾ ਗਾਂਧੀ ਜੀ ਮਹਾਤਮਾ ਗਾਂਧੀ ਜੀ ਸ਼ੂਸ਼ਾਤ ਨੂੰ ਇੱਕ ਪਾਪ ਸਮਝਦੇ ਸਨ 1920 ਈਸਵੀ ਵਿੱਚ ਮਹਾਤਮਾ ਗਾਂਧੀ ਜੀ ਦੀ ਅਗਵਾਈ ਹੇਠ ਬ੍ਰਿਟਿਸ਼ ਸਰਕ ਸਰਕਾਰ ਵਿਰੁੱਧ ਨਾ ਮਿਲਵਰਤਨ ਅੰਦੋਲਨ ਸ਼ੁਰੂ ਕੀਤਾ ਗਿਆ ਇਸ ਅੰਦੋਲਨ ਦੇ ਪ੍ਰੋਗਰਾਮ ਦੇ ਉਪਰੇਖਾ ਵਿੱਚ ਸਮਾਜ ਵਿੱਚ ਛੂਛਾਤ ਖਤਮ ਕਰਨਾ ਵੀ ਸ਼ਾਮਿਲ ਸੀ 1920 ਈਸਵੀ ਵਿੱਚ Nagpur ਵਿਖੇ ਹੋਈਆਂ ਹੋਈ ਨੀਵੀਆਂ ਜਾਤੀਆਂ ਦੇ ਲੋਕਾਂ ਦੀ ਕਾਨਫਰੰਸ ਵਿੱਚ ਮਹਾਤਮਾ ਗਾਂਧੀ ਜੀ ਨੇ ਛੂਛਾਤ ਦੀ ਨਿੰਦਾ ਕੀਤੀ ਪਰੰਤੂ ਮਹਾਤਮਾ ਗਾਂਧੀ ਜੀ ਨੂੰ ਬਹੁਤ ਦੁੱਖ ਹੋਇਆ ਕਿ ਨਾ ਮਿਲਵਰਤਨ ਅੰਦੋਲਨ ਵਿੱਚ ਕਾਂਗਰਸ ਨੇ ਸਮਾਜਿਕ ਸ਼ੋਤਸ਼ਾਤ ਖਤਮ ਕਰਨ ਲਈ ਲੋੜ ਹਿੰਦੇ ਜਤਨ ਨਾ ਕੀਤੇ ਇਸ ਕਰਕੇ ਹੀ ਨੀਵੀਆਂ ਜਾਤੀਆਂ ਦੇ ਲੋਕਾਂ ਨੇ ਨਾ ਮਿਲਵਰਤਨ ਅੰਦੋਲਨ ਵਿੱਚ ਕਾਂਗਰਸ ਦਾ ਸਾਥ ਨਹੀਂ ਦਿੱਤਾ ਅਤੇ ਉਹ ਹਿੰਦੂ ਸਵਰਾਜ ਨਾਲੋਂ ਬ੍ਰਿਟਿਸ਼ ਰਾਜ ਨੂੰ ਹੀ ਚੰਗਾ ਸਮਝਦੇ ਸਨ ਇਹ ਫੋਟੋ ਮਹਾਤਮਾ ਗਾਂਧੀ ਜੀ ਦੀ ਹੈ ਮਹਾਤਮਾ ਗਾਂਧੀ ਜੀ ਨੇ ਨਾਮਿਲ ਵਰਤਨ ਅੰਦੋਲਨ ਮੁltvi ਹੋ ਜਾਣ ਪਿੱਛੋਂ ਕਾਂਗਰਸੀ ਸੰਸਥਾਵਾਂ ਨੂੰ ਆਦੇਸ਼ ਦਿੱਤਾ ਕਿ ਉਹ ਨੀਵੀਆਂ ਜਾਤੀਆਂ ਦੇ ਲੋਕਾਂ ਦੀ ਭਲਾਈ ਲਈ ਉਹਨਾਂ ਨੂੰ ਸੰਗਠਿਤ ਸੰਗਠਿਤ ਕਰਨ ਉਹਨਾਂ ਦੀ ਸਮਾਜਿਕ ਮਾਨਸਿਕ ਅਤੇ ਨੈਤਿਕ ਹਾਲਤ ਸੁਧਾਰਨ ਲਈ ਯਤਨ ਕਰਨ ਉਨਾਂ ਨੂੰ ਉਹ ਸਾਰੀਆਂ ਸਹੂਲਤਾਂ ਦੇਣ ਜੋ ਦੂਜੇ ਨਾਗਰਿਕਾਂ ਨੂੰ ਪ੍ਰਾਪਤ ਸਨ 1921 ਇਸ ਵਿਥ 1923 ਇਸ ਵਿਥ ਰਾਣ ਕਾਂਗਰਸ ਨੇ ਉਸਾਰੂ ਪ੍ਰੋਗਰਾਮ ਤੇ ਖਰਚ ਕੀਤੀ 49.5 ਲੱਖ ਰੁਪਏ ਦੀ ਰਕਮ ਵਿੱਚ ਨਿਮੀ ਜਾਤੀ ਦੇ ਲੋਕਾਂ ਦੀ ਭਲਾਈ ਲਈ ਕੇਵਲ 43381 ਰੁਪਏ ਖਰਚ ਕੀਤੇ ਸਨ ਮਹਾਤਮਾ ਗਾਂਧੀ ਜੀ ਨੇ ਨੀਵੀਆਂ ਜਾਤੀਆਂ ਦੇ ਲੋਕਾਂ ਲਈ ਵਰਤੇ ਜਾਂਦੇ ਅਸ਼ੂਤ ਪਜ਼ਮਾ ਪ੍ਰਿ ਪ੍ਰਿਹਾ ਆਦਿ ਸ਼ਬਦਾਂ ਦੀ ਥਾਂ ਹਰੀਜ਼ਨ ਸ਼ਬਦ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਜਿਸ ਦਾ ਭਾਵ ਅਰਥ ਹੈ ਈਸ਼ਵਰ ਦੇ ਬੱਚੇ ਗਾਂਧੀ ਜੀ ਨੇ ਨੀਵੀਆਂ ਜਾਤੀਆਂ ਦੇ ਲੋਕਾਂ ਦੀ ਹਾਲਤ ਸੁਧਾਰਨ ਲਈ 11 ਫਰਵਰੀ 1933 ਈਸਵੀ ਨੂੰ ਸਪਟਾਹਕ ਸਮਾਚਾਰ ਪੱਤਰ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ 7 ਨਵੰਬਰ 1933 ਈਸਵੀ ਨੂੰ ਉਹਨਾਂ ਨੇ ਵਾਰਦਾ ਸਥਾਨ ਤੋਂ ਹਰੀਜ਼ਾਨਾ ਦੀ ਭਲਾਈ ਲਈ ਦੌਰਾ ਕਰਨਾ ਸ਼ੁਰੂ ਕੀਤਾ ਉਹਨਾਂ ਨੇ ਜਿਹੜੇ ਸਥਾਨਾਂ ਤੇ ਦੌਰਾ ਕੀਤਾ ਉਹ ਤੇ ਕਹਾ ਕਿ ਸਕੂਲ ਸੜਕਾਂ ਤੇ ਖੂ ਅਸ਼ੁੱਤਾਂ ਲਈ ਖੋਲੇ ਜਾਣ ਅਤੇ ਸਾਰੇ ਮਨੁੱਖਾਂ ਨੂੰ ਬਰਾਬਰ ਸਮਝਣ ਦਾ ਪ੍ਰਚਾਰ ਕੀਤਾ ਹੈ ਕਈ ਸੰਥਨ ਕਈ ਸਥਾਨਾਂ ਤੇ ਕੁਝ ਸਨਾਤਨੀ Hindu ਲੋਕਾਂ ਨੇ ਮਹਾਤਮਾ ਗਾਂਧੀ ਜੀ ਤੇ ਭਾਸ਼ਣ ਦਾ ਵਿਰੋਧ ਕੀਤਾ ਪਰ ਪੁਨਾ ਵਿਖੇ ਉਨ੍ਹਾਂ ਉੱਤੇ ਬੰਬ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਜੋ ਕਿ ਅਸਫਲ ਰਹੀ ਉਹਨਾਂ ਨੇ ਆਪਣੇ ਦੌਰੇ ਸਮੇਂ ਹਰੀਜਨ ਵੰਡ ਵੀ ਇਕੱਠਾ ਕੀਤਾ ਪਰ ਭਾਰਤੀ ਸਮਾਜ ਸੁਧਾਰਕਾਂ ਦੀਆਂ ਸਰਗਰਮੀਆਂ ਦੇ ਪ੍ਰਭਾਵ ਭਾਰਤੀ ਸਮਾਜ ਸੁਧਾਰਕਾਂ ਨੇ ਭਾਰਤੀ ਸਮਾਜ ਵਿੱਚ ਪ੍ਰਚਲਿਤ ਸਮਾਜਿਕ ਅਤੇ ਧਾਰਮਿਕ ਬੁਰਾਈਆਂ ਨੂੰ ਦੂਰ ਕਰਨ ਲਈ अनेका ਯਤਨ ਕੀਤੇ ਜਿਨ੍ਹਾਂ ਦੇ ਸਿੱਟੇ ਹੇਠ ਲਿਖੇ ਅਨੁਸਾਰ ਹਨ 19ਵੀਂ ਸਦੀ ਤੋਂ ਲੈ ਕੇ 22ਵੀਂ ਸਦੀ ਦੇ ਆਰੰਭ ਤੱਕ ਸਮਾਜ ਵਿੱਚ ਸਤੀ ਪ੍ਰਥਾ ਲੜਕੀਆਂ ਦੀ ਹੱਤਿਆ ਜਾਤੀ ਪ੍ਰਥਾ ਦਾਜ ਪ੍ਰਥਾ ਬਾਵਿਆ ਅਤੇ ਵਿਧਵਾ ਪੁਨਰ ਵਿਆਹ ਦੀ ਮਨਾਹੀ ਆਦਿ ਬੁਰਾਈਆਂ ਪ੍ਰਚਲਿਤ ਸਨ ਇਨ੍ਹਾਂ ਬੁਰਾਈਆਂ ਨੂੰ ਖਤਮ ਕਰਨ ਲਈ ਬ੍ਰਹਮਸਮਾਜ ਆਰੀਆ ਸਮਾਜ ਨਾਮਤਾਰੇ ਲਹਿਰ ਸਿੰਘ ਸਭਾ ਲਹਿਰ ਰਾਮਾ ਕ੍ਰਿਸ਼ਨ ਮਿਸ਼ਨ ਅਲੀਗੜ ਅੰਦੋਲਨ ਆਦ ਨੇ ਮਹੱਤਵਪੂਰਨ ਯੋਗਦਾਨ ਪਾਇਆ ਭਾਰਤੀ ਸਮਾਜ ਸੁਧਾਰਕਾਂ ਦੁਆਰਾ ਜ਼ੋਰ ਦੇਣ ਤੇ ਬ੍ਰਿਟਿਸ਼ ਸਰਕਾਰ ਨੇ 1829 ਈਸਵੀ ਵਿੱਚ ਲਾਰਡ ਬੈਲੀਅਮ ਦੇ ਸਮੇਂ ਸਤੀ ਪ੍ਰਥਾ ਨੂੰ ਗੈਰ ਕਾਨੂੰਨੀ ਘੋਸ਼ਿਤ ਕੀਤਾ। ਉਸਨੇ ਆਪਣੇ ਸ਼ਾਸਨ ਕਾਲ ਦੌਰਾਨ ਲੜਕੀਆਂ ਦੀ ਹੱਤਿਆ ਕਰਨਾ ਅਤੇ ਮਨੁੱਖ ਦੀ ਬਲੀ ਦੇਣ ਵਿਰੁੱਧ ਕਾਨੂੰਨ ਪਾਸ ਕੀਤੇ। 1891 ਈਸਵੀ ਵਿੱਚ ਬਾਲ ਵਿਆਹ ਪ੍ਰਥਾ ਨੂੰ ਗੈਰ ਕਾਨੂੰਨੀ ਘੋਸ਼ਿਤ ਕੀਤਾ ਗਿਆ। ਭਾਰਤੀ ਲੋਕਾਂ ਵਿੱਚ ਰਾਸ਼ਟਰਵਾਦ ਦੀ ਭਾਵਨਾ ਪੈਦਾ ਹੋਈ ਅਤੇ ਨਵੇਂ ਭਾਰਤ ਦਾ ਨਿਰਮਾਣ ਕਰਨਾ ਸੰਭਵ ਹੋਇਆ। ਯਾਦ ਰੱਖਣਯੋਗ ਨੁਕਤੇ ਰਿਗਵੇਦਿਕ ਕਾਲ ਵਿੱਚ ਸ਼ੁਰੂ ਹੋਈ ਜਾਤੀ ਪ੍ਰਥਾ ਨੇ ਕਠੋਰ ਉਪਤਾਰਨ ਕਰ ਲਿਆ ਸੀ ਸਮਾਜ ਵਿੱਚ ਨੀਵੀਂ ਜਾਤੀ ਦੇ ਲੋਕਾਂ ਨਾਲ ਬੁਰਾ ਸਲੂਕ ਕੀਤਾ ਜਾਂਦਾ ਸੀ ਉੱਚੀਆਂ ਜਾਤੀਆਂ ਦੇ ਲੋਕਾਂ ਦੁਆਰਾ ਨੀਵੀਆਂ ਜਾਤੀਆਂ ਦੇ ਲੋਕਾਂ ਉੱਤੇ ਕੀਤੇ ਜਾ ਰਹੇ ਅਤਿਆਚਾਰਾਂ ਨੂੰ ਖਤਮ ਕਰਨ ਲਈ अनेका ਜਾਤੀ ਸੁਧਾਰ ਅੰਦੋਲਨ ਸ਼ੁਰੂ ਹੋਏ ਮਹਾਰਾਸ਼ਟਰ ਦੇ ਮਹਾਨ ਸਮਾਜ ਸੁਧਾਰਕ ਜੋਤੀਬਾ ਫੂਲੇ ਨੇ ਸੱਤਿਆ ਸੋਧਕ ਸਮਾਜ ਨਾਦੀ ਸੰਸਥਾ ਸਥਾਪਿਤ ਕੀਤੀ ਨੀਵੀਂ ਜਾਤੀ ਦੀਆਂ ज्ञान दी पढ़ाई ਲਈ تین ਸਕੂਲ ਖੋਲੇ ਗਰੀਬ ਕਿਸਾਨਾਂ ਅਤੇ ਕاشتਕਾਰਾਂ ਦੀ ਹਾਲਤ ਸੁਧਾਰਨ ਦੇ ਯਤਨ ਕੀਤੇ ਵੀਰ ਸ링ਗਮ ਸਮਾਜ ਸੁਧਾਰਗ ਨੂੰ ਆਂਧਰਾ ਪ੍ਰਦੇਸ਼ ਦਾ ਪੈਗੰਗਮਬਰ ਕਹਾ ਜਾਂਦਾ ਹੈ ਇਹਨਾਂ ਨੇ ਔਰਤਾਂ ਨੂੰ ਪੁਰਸ਼ਾਂ ਬਰਾਬਰ ਅਧਿਕਾਰ ਦੇਣ ਵਿਧਵਾ ਪੁਨਰ ਵਿਆਹ ਤੇ ਅੰਤਰ ਜਾਤੀ ਵਿਆਹ ਦੇ ਪੱਖ ਵਿੱਚ ਪ੍ਰਚਾਰ ਕੀਤਾ ਉਹਨਾਂ ਨੇ ਜਾਤੀ ਪ੍ਰਥਾ ਤੇ ਛੂਤ-ਛਾਤ ਖਤਮ ਕਰਨ ਦੀ ਪ੍ਰਚਾਰ ਕੀਤਾ ਸ਼੍ਰੀ ਨਾਰਾਇਣ ਗੁਰੂ ਨੇ ਇਸ ਇਸ ਜਾਤੀ ਅਤੇ ਹੋਰ ਨੀਵੀਆਂ ਜਾਤੀਆਂ ਦੇ ਲੋਕਾਂ ਹੀ ਹਾਲ ਸੁਧਾਰਨ ਲਈ ਯਤਨ ਕੀਤੇ 193 ਇਸ ਵਿੱਚ ਸ਼੍ਰੀ ਨਾਰਾਇਣ ਧਰਮ ਪਰਿਪਾਲਨ ਜੋਗਮ ਦੀ ਸਥਾਪਨਾ ਕੀਤੀ ਤਾਮਿਲਨਾਡੂ ਦੇ ਮਹਾਨ ਸਮਾਜ ਸੁਧਾਰਕ परि आम रामास्वामी ने समाज फैली अशूत प्रथा खत्म करने लिय वैक्स सत्याग्रह शुरू किया इस अंदोलन महात्मा गांधी सिराज गोपाल आचार्य आचार्य आचारिया आचारिया, आचारिया विनोभावे आदि राष्ट्रीय नेतावान ने हिस्सा लिया डॉक्टर भीम राव अंबेडकर ने नीवी जाति देलाई लह ਕਿੱਤਾ ਇਤਕਾਰਨੀ ਸਭਾ ਅਤੇ ਸਮਾਜਲ ਸਮਤ ਸੰਗ ਦੀ ਸਥਾਪਨਾ ਕੀਤੀ ਅਤੇ ਮੁਨਾਇਕ ਇਬਰਾਸਕ੍ਰਿਤ ਭਾਰਤ ਜਨਤਾ ਦੇ ਸਮਾਚਾਰ ਪੱਤਰ ਖੱਡੇ ਮਹਾਤਮਾ ਗਾਂਧੀ ਨੇ ਨੀਵੀਂ ਜਾਤੀ ਦੇ ਲੋਕਾਂ ਲਈ ਹਰੀਜਨ ਸ਼ਬਦ ਦੀ ਵਰਤੋਂ ਕੀਤੀ ਜਿਸ ਦਾ ਅਰਥ ਸੀ ਈਸ਼ਵਰ ਦੇ ਬੱਚੇ ਤਨਵਾਦ